ਤੁਹਾਨੂੰ ਤੁਹਾਨੂੰ ਇਹਦੇ ਤੋਂ ਪ੍ਰੋਬਲਮ ਹੈ, ਜਾਓ ਇਹ 'ਚ ਦਹੀਂ ਲੈ ਕੇ ਆ। ਚੱਲ ਦਹੀਂ ਨਹੀਂ, ਇਹਦੇ 'ਚ ਦਾਲ ਪਾ ਕੇ ਲੈ ਕੇ ਆਓ। ਇੱਦਾਂ ਦੇ ਬੰਦੇ ਦਹੀਂ ਘੱਟ ਖਾਂਦੇ, ਦਾਲ ਜ਼ਿਆਦਾ ਪੀਂਦੇ। ਯਾਰ ਮੇਰੀ ਗੱਲ ਸੁਣੋ, ਤੁਸੀਂ ਮਜ਼ਾਕ ਬਣਾਇਆ, ਮੈਂ ਕਹਿ ਰਿਹਾ ਮੈਂ ਅਸਲੀ ਸਲੀਮ ਹਾਂ। ਹਾਂ ਠੀਕ ਹੈ ਭਾਜੀ, ਤੁਸੀਂ ਕਹਿ ਕੇ ਆਏ ਸੀ ਵੀ ਮੇਰਾ ਮਜ਼ਾਕ ਹੀ ਬਣਾਉਣਾ, ਤਾਂ ਬਣਾ ਰਹੇ ਹਾਂ। ਬੇਟੇ ਤੁਸੀਂ ਤਾਂ ਹਾਸੇ ਵਾਲੇ ਬਣੇ ਹੋ, ਅਸੀਂ ਜੰਮੇ ਹਾਂ। ਭਾਈ ਇਹਨੂੰ ਇੱਕ ਹੇ ਕਰਾ ਕੇ ਸੁਣਾ ਦੇ, ਇਹਨੂੰ ਤਸੱਲੀ ਹੋ ਜਾਏਗੀ। ਨਹੀਂ ਇਹ ਨਹੀਂ, ਇਹ ਤਾਂ ਫਿਰ ਗਲਤ ਗੱਲ ਆ ਨਾ। ਵੈਸੇ ਮੈਂ ਤੁਹਾਨੂੰ ਸਹੀ ਦੱਸਾਂ, ਸੁਣ ਲਓ, ਇਹ ਸ਼ਹਿਜ਼ਾਦਾ ਸ਼ਜ਼ੂਦਾ ਕੋਈ ਨਹੀਂ ਆ, ਇਹ ਝਾਕੀਆਂ ਕੱਢਦਾ। ਯਾਰ ਇਹ ਨਹੀਂ ਨਹੀਂ, ਇਹ ਮਤਲਬ ਬੇਇੱਜ਼ਤੀ ਹੋ ਰਹੀ, ਕਿੱਦਾਂ ਦੀ ਬੇਇੱਜ਼ਤੀ, ਮੈਨੂੰ ਆਹ ਪਾਸਾ ਆ ਰਿਹਾ। ਇਹਦਾ ਵਿਆਹ ਰੱਖ ਦਿੱਤਾ ਜੀ, ਜਿਸ ਕੁੜੀ ਨਾਲ ਪਿਆਰ ਕਰਦਾ ਸੀ ਉਹਦੇ ਜਿਹੜਾ ਡੈਡੀ, ਉਹਨੂੰ ਜਾ ਕੇ ਕਹਿੰਦਾ ਹਾਂਜੀ ਤੁਸੀਂ ਕੀ ਪੁੱਛਣਾ ਦੱਸਣਾ ਮੈਨੂੰ, ਪੁੱਛ ਲਓ ਦੱਸ ਲਓ। ਕਹਿੰਦਾ ਬੇਟੇ ਮੈਂ ਥੋੜ੍ਹਾ ਜਿਹਾ ਗਾਣੇ ਨੂੰ ਪਸੰਦ ਕਰਦਾ, ਮੈਂ ਖਾਨ ਸਾਹਿਬਾਂ ਨੂੰ ਸੁਣਿਆ, ਉਸਤਾਦ ਨੁਸਰਤ ਫਤਿਹ ਅਲੀ ਖਾਨ ਸਾਹਿਬ, ਗੁਲਾਮ ਅਲੀ ਖਾਨ ਸਾਹਿਬ, ਰਫੀ ਸਾਹਿਬ, ਵੱਡੇ ਵੱਡੇ ਲੋਕ ਮੈਂ ਸੁਣੇ ਨੇ, ਮੈਂ ਜ਼ਿਆਦਾ ਗਾਣਾ ਪਸੰਦ ਬੰਦਾ। ਇਹਨੂੰ ਕਹਿੰਦਾ ਵੀ ਤੂੰ ਕਿੰਨੀ ਦੇਰ ਬੈਠ ਕੇ ਗਜ਼ਲ ਗਾ ਸਕਦਾ ਬਰਫ਼ 'ਤੇ? ਕਹਿੰਦਾ ਓਨੀ ਦੇਰ ਜੀ ਜਿੰਨੀ ਦੇਰ ਮੇਰੀ ਗਜ਼ਲ ਸੁਣਨੀ ਹੋਵੇ।